ਦੋਸਤੋ, ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ੍ਹ ਫੇਰ ਦੋ ਮੈਂਬਰ ਪਾਰਲੀਮੈਂਟ ਹੈ ਜਿਹੜੇ, ਉਹਨਾਂ ਨੂੰ ਹੋਰ ਸਸਪੈਂਡ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਨਾਲ ਰਾਜ ਸਭਾ ਅਤੇ ਲੋਕ ਸਭਾ 'ਚ ਸਸਪੈਂਡ ਕੀਤੇ ਗਏ ਕੁੱਲ ਮੈਂਬਰਾਂ ਦੀ ਗਿਣਤੀ 143 ਹੋ ਗਈ ਹੈ। ਉਹ ਜਿਹੜੇ ਮੈਂਬਰ ਸਸਪੈਂਡ ਹੋਏ ਆ, ਬਾਹਰ ਧਰਨਾ ਮਾਰਦੇ ਹੈ, ਆਪੋ ਆਪਣਾ ਹਾਸਾ ਠੱਠਾ ਕਰਦੇ ਹੈ, ਆਪਣੀਆਂ ਗੱਲਾਂ ਕਰਦੇ ਹੈ ਅਤੇ ਸਰਕਾਰ ਦੇ ਵਿਰੁੱਧ ਰੋਸ ਵੀ ਪ੍ਰਗਟ ਕਰਦੇ ਹੈ, ਉਹਨਾਂ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਹੈ ਕਲਿਆਣ ਬੈਨਰਜੀ, ਤ੍ਰਿਣਮੂਲ ਕਾਂਗਰਸ ਦੇ ਜਿਹੜੇ ਮੈਂਬਰ ਨੇ, ਉਹਨਾਂ ਨੇ ਉੱਥੇ ਸ਼੍ਰੀ ਜਗਦੀਪ ਧਨਖੜ ਜਿਹੜੇ ਰਾਜ ਸਭਾ ਦੇ ਚੇਅਰਮੈਨ ਹੈ, ਉਹਨਾਂ ਦੀ ਨਕਲ ਲਾਹੀ। ਹੁਣ ਇਸ ਗੱਲ ਨੂੰ ਦੋ ਤਰ੍ਹਾਂ ਨਾਲ ਲਿਆ ਜਾ ਸਕਦਾ ਹੈ। ਇੱਕ ਤਾਂ ਨਕਲ ਕਰਨਾ ਇੱਕ ਕਲਾ ਹੈ ਅਤੇ ਕਲਾ ਦੇ ਤੌਰ 'ਤੇ ਅਸੀਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਇਸ ਨੂੰ ਪ੍ਰਫੁੱਲਿਤ ਕਰਦੇ ਹਾਂ। ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਗੌਰਮੈਂਟ ਰਿਪਦੁੰਮਨ ਕਾਲਜ ਨਾਭੇ ਦੇ ਪ੍ਰਿੰਸੀਪਲ ਸ਼੍ਰੀ ਉਮਰਾਓ ਸਿੰਘ ਜੀ ਖੁਦ ਸਾਡੇ ਜਿਹੜਾ ਬੱਚਾ ਇਹ ਕਲਾ ਕਰਦਾ ਹੁੰਦਾ ਸੀ ਨਕਲ ਲਾਉਣ ਦੀ, ਉਹਨੂੰ ਸਟੇਜ ਤੋਂ ਬੋਲਦੇ ਹੁੰਦੇ ਸੀ, ਕਾਕਾ ਮੇਰੀ ਵੀ ਨਕਲ ਲਾ ਦੇ। ਉਹ ਫਿਰ ਉਹਨਾਂ ਦੀ ਨਕਲ ਲਾਉਂਦੇ ਅਤੇ ਸਾਰਾ ਕਾਲਜ ਤਾੜੀਆਂ ਮਾਰਦਾ ਅਤੇ ਪ੍ਰਿੰਸੀਪਲ ਸਾਹਿਬ ਖੁਦ ਵੀ ਤਾੜੀਆਂ ਮਾਰਦੇ। ਸੋ ਚਾਹੀਦਾ ਤਾਂ ਇਹ ਸੀ ਕਿ ਇਸ ਕਲਾ ਦਾ ਜਵਾਬ ਕਲਾ ਨਾਲ ਦਿੰਦੇ, ਪਰ ਉਹਨਾਂ ਨੇ ਬੜਾ ਰਾਜ ਸਭਾ ਦੇ ਵਿੱਚ ਉਹ ਭਾਸ਼ਣ ਦੇ ਰਹੇ ਆ ਵੀ ਇਹ ਕੀ ਗੱਲ ਹੈ, ਉਹ ਇਸ ਤਰ੍ਹਾਂ ਕਰ ਰਿਹਾ, ਇੰਨੀ ਤੋਹੀਨ ਨਹੀਂ ਹੋ ਸਕਦੀ। ਅਤੇ ਫਿਰ ਜਿਵੇਂ ਕੋਈ ਬਹੁਤ ਵੱਡੀ ਕਿਸੇ ਦੇ ਘਰ 'ਚ ਦੁਰਘਟਨਾ ਹੋ ਗਈ ਹੁੰਦੀ ਹੈ, ਪ੍ਰਧਾਨ ਮੰਤਰੀ ਉਹਨੂੰ ਫੋਨ ਕਰਕੇ ਕਹਿ ਰਿਹਾ ਬੜੀ ਮਾੜੀ ਗੱਲ ਹੋ ਗਈ, ਅਤੇ ਫਿਰ ਓਮ ਬਿਰਲਾ ਜੀ ਸਪੀਕਰ ਸਾਹਿਬ ਉਹਨਾਂ ਨੂੰ ਕਹਿ ਰਿਹਾ ਬਹੁਤ ਮਾੜੀ ਗੱਲ ਹੋ ਗਈ, ਦੇਸ਼ ਦੀ ਰਾਸ਼ਟਰਪਤੀ ਕਹਿ ਰਹੀ ਹੈ ਕਿ ਬਹੁਤ ਮਾੜੀ ਗੱਲ ਹੋ ਗਈ, ਹੋਰ ਬਹੁਤ ਸਾਰੇ ਮੰਤਰੀ ਉਹਦੇ ਨਾਲ ਅਫਸੋਸ ਪ੍ਰਗਟ ਕਰ ਰਹੇ ਹੈ। ਅਤੇ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਮੈਂ ਗਿਣਿਆ 14 ਬੀਬੀਆਂ ਮੈਂਬਰ ਪਾਰਲੀਮੈਂਟ BJP ਦੀਆਂ, ਉਹ ਖੜੀਆਂ ਹੋ ਕੇ ਪ੍ਰੋਟੈਸਟ ਕਰ ਰਹੀਆਂ ਨੇ ਵੀ ਇਹਦਾ ਬਹੁਤ ਮਾੜਾ ਕੁਛ ਹੋ ਗਿਆ। ਮੈਨੂੰ ਅਫਸੋਸ ਹੈ ਕਿ ਇਹ ਬੀਬੀਆਂ ਜਿੱਦਣ ਪਹਿਲਵਾਨ ਕੁੜੀਆਂ ਨੂੰ ਉੱਥੇ ਸੜਕਾਂ 'ਤੇ ਘੜੀਸਿਆ ਜਾ ਰਿਹਾ ਸੀ, ਉੱਦਣ ਕਿਉਂ ਨਹੀਂ ਬੋਲੀਆਂ? ਇਹੀ ਬੀਬੀ ਸਾਡੀ ਮਾਨਯੋਗ ਰਾਸ਼ਟਰਪਤੀ ਜੀ, ਮੈਂ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਅਹੁਦੇ ਦਾ, ਪਰ ਉਹਨਾਂ ਦੇ ਮੂੰਹੋਂ ਇੱਕ ਗੱਲ ਨਹੀਂ ਸੁਣੀ। ਜਦੋਂ ਉੱਥੇ ਆਪਣੇ ਮਣੀਪੁਰ ਦੇ ਵਿੱਚ ਸਾਡੀਆਂ ਬੀਬੀਆਂ ਨੂੰ ਨੰਗਿਆਂ ਕਰਕੇ ਸੜਕਾਂ 'ਤੇ ਘੁਮਾਇਆ ਜਾ ਰਿਹਾ ਸੀ, ਉੱਦਣ ਇਹ BJP ਵਾਲੀਆਂ ਕਿੱਥੇ ਗਈਆਂ ਸੀ ਬੀਬੀਆਂ? ਉਹ ਗੱਲ ਸੀਗੀ ਜਿਹਦੇ 'ਤੇ ਕੋਈ ਬੋਲਣਾ ਚਾਹੀਦਾ ਸੀ, ਉਦੋਂ ਘੁੰਗਣੀਆਂ ਪਈਆਂ ਰਹੀਆਂ, ਹੁਣ ਕੁਝ ਵੀ ਨਹੀਂ ਹੋਇਆ, ਇੱਕ ਕਲਾ ਹੋਈ ਆ, ਉਹਦੀ ਨਕਲ ਲਾਹੀ ਗਈ ਹੈ। ਜੇ ਇਹ ਮਾੜੀ ਗੱਲ ਹੈ ਨਕਲ ਲਾਉਣੀ, ਤਾਂ ਇਹ ਤਾਂ ਨਕਲ ਪ੍ਰਧਾਨ ਮੰਤਰੀ ਜੀ ਖੁਦ ਪਾਰਲੀਮੈਂਟ ਦੇ ਵਿੱਚ ਲਾ ਕੇ ਹਟੇ, ਹੋਰ ਕਈ ਥਾਵਾਂ ਦੇ ਉੱਤੇ ਖੁਦ ਪ੍ਰਧਾਨ ਮੰਤਰੀ ਜੀ ਅਤੇ ਇਹਨਾਂ ਦੇ ਕਿੰਨੇ ਮੰਤਰੀ ਲਾਉਂਦੇ ਹੈ। ਜਿੱਦਣ ਰਮੇਸ਼ ਵਧੂੜੀ ਨੇ BSP ਦੇ ਮੈਂਬਰ ਦਾਨਿਸ਼ ਅਲੀ ਨੂੰ ਬਹੁਤ ਉਹਨਾਂ ਦੇ ਧਰਮ ਦੇ ਉੱਤੇ ਉਹਨੂੰ ਇੱਕ ਕਿਸਮ ਦੀਆਂ ਗਾਲਾਂ ਕੱਢੀਆਂ ਪਾਰਲੀਮੈਂਟ ਦੇ ਵਿੱਚ, ਤਾਂ ਬਾਹਰ ਪਿਛਲੇ ਪਾਸੇ ਬੈਠੇ ਦੋ ਸਾਬਕਾ ਮੰਤਰੀ ਡਾਕਟਰ ਹਰਸ਼ ਵਰਧਨ ਅਤੇ ਰਵੀ ਸ਼ੰਕਰ ਪ੍ਰਸਾਦ ਦੰਦੀਆਂ ਕੱਢ ਰਹੇ ਸੀਗੇ, ਉਹ ਹੱਸ ਰਹੇ ਸੀ ਕਿ ਉਹ ਗੱਲਾਂ ਤੁਹੀਂ ਨਹੀਂ ਸੀ ਹਾਊਸ ਦੀ, ਇਹ ਤਾਂ ਹਾਊਸ ਤੋਂ ਬਾਹਰ ਹੋਈ ਗੱਲ ਹੈ। ਇਸ ਕਰਕੇ ਅਸੀਂ ਆ ਜਿਹੜਾ ਡਰਾਮਾ ਹੈ ਨਾ BJP ਦਾ, ਇਹਦੀ ਸਖ਼ਤ ਨਿੰਦਿਆ ਕਰਦੇ ਹਾਂ ਸਮੁੱਚੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਤੱਕ ਦੀ। ਦੂਸਰੀ ਗੱਲ ਕਿ ਅਗਨੀਵੀਰ ਸਕੀਮ ਦੇ ਉੱਤੇ ਬੜੀਆਂ ਗੱਲਾਂ ਪਹਿਲਾਂ ਹੁੰਦੀਆਂ ਰਹੀਆਂ ਨੇ, ਹੁਣ ਪਤਾ ਲੱਗਿਆ ਕਿ ਦੇਸ਼ ਦੇ ਜਿਹੜੇ ਫੌਜਾਂ ਦੇ ਜਰਨੈਲ ਸ਼੍ਰੀ MN ਨਰਵਾਣੇ, ਉਹਨਾਂ ਨੇ ਇੱਕ ਕਿਤਾਬ ਲਿਖੀ, ਕਿਤਾਬ ਦਾ ਨਾਂ ਹੈ 4 Stars ਆਫ ਡੈਸਟੀਨੀ, ਜਿਹੜੇ ਸਟਾਰ ਲੱਗਦੇ ਆ ਇੱਥੇ ਉਹ ਵੀ ਕਿਵੇਂ ਮੈਨੂੰ ਮਿਲੇ, ਉਹ ਕਿਤਾਬ ਹੈ ਅਤੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਹੈ ਵੀ ਅਸੀਂ ਕੋਈ ਫੌਜ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਉਹਦੇ 'ਤੇ ਬਹਿਸ ਨਹੀਂ ਹੋਈ, ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਪ੍ਰਪੋਜ਼ਲ ਬਣ ਕੇ ਆਈ ਜਦੋਂ, ਤਾਂ ਸਾਨੂੰ ਐਂ ਲੱਗਿਆ ਵੀ ਜਿਵੇਂ ਸਾਡੇ 'ਤੇ ਪਹਾੜ ਡਿੱਗ ਗਿਆ ਹੁੰਦਾ।
ਅਤੇ ਜਦੋਂ ਨੇਵੀ ਅਤੇ ਆਪਣੇ ਏਅਰਫੋਰਸ ਵਾਲਿਆਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਸਕੀਮ ਆ ਰਹੀ ਹੈ ਜਿਹੜੀ ਥੋੜ੍ਹੇ ਜਿਹੇ ਸਮੇਂ ਲਈ ਬੰਦੇ ਫੌਜੀ ਰੱਖਿਆ ਕਰਨੇ ਅਤੇ ਇੰਨੀ ਥੋੜ੍ਹੀ ਜਿਹੀ ਟ੍ਰੇਨਿੰਗ ਹੋਣੀ ਹੈ, ਤਾਂ ਉਹਨਾਂ ਨੇ ਇਹਦੇ 'ਤੇ ਸਖ਼ਤ ਇਤਰਾਜ਼ ਕੀਤਾ ਵੀ ਨਹੀਂ, ਇਹ ਤਾਂ ਅਸੀਂ ਇੰਨੀ ਸਾਡੀ ਤਾਂ ਹਾਈਲੀ ਟੈਕਨੀਕਲ ਟ੍ਰੇਨਿੰਗ ਹੁੰਦੀ ਹੈ ਏਅਰਫੋਰਸ ਦੀ ਅਤੇ ਨੇਵੀ ਦੀ, ਇਹ ਅਸੀਂ ਇੰਨੇ ਕੁ ਚਰਚ ਕਿਵੇਂ ਕਰਿਆ ਕਰਾਂਗੇ? ਇਹ ਤਾਂ ਫੌਜ ਨੂੰ ਖਤਮ ਕਰਨ ਵਾਲੀ ਗੱਲ ਹੀ ਹੈ। ਅਤੇ ਹੋਰ ਇੱਕ ਗੱਲ, ਉਹ ਜਿਹੜੀ ਸਕੀਮ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਬਣ ਕੇ ਆਈ, ਉਹਦੇ 'ਚ ਨਾ ਜਿਹੜੇ ਅਗਨੀਵੀਰ ਨੇ ਸੋ ਕਾਲਡ, ਉਹਨਾਂ ਦਾ ਦੀ ਤਨਖਾਹ ਸਿਰਫ 20,000 ਰੁਪਈਏ ਰੱਖੀ ਹੋਈ ਸੀ, ਅਤੇ ਫੌਜ ਵਾਲਿਆਂ ਨੇ, ਤਿੰਨਾਂ ਮੁਖੀਆਂ ਨੇ ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਤੁਸੀਂ ਜਿੰਨੀ ਰੈਗੂਲਰ ਫੌਜੀ ਦੀ ਤਨਖਾਹ ਹੈ 45,000 ਉਹ ਕਰੋ, ਫਿਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਫਿਰ 30,000 'ਤੇ ਆਏ। ਜਾਣੀ ਜਿੱਥੇ ਜਿੱਦਣ ਦੀ ਮੋਦੀ ਸਰਕਾਰ ਆਈ ਹੈ, ਫੌਜ ਦੇ ਨਾਂ ਦੇ ਉੱਤੇ ਬੜੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ, ਫੌਜ ਬੜੀਆਂ ਕੁਰਬਾਨੀਆਂ ਕਰਦੀ ਹੈ, ਦੇਸ਼ ਫੌਜ ਕਰਕੇ ਬਚਿਆ ਹੋਇਆ, ਅਤੇ ਉਸ ਫੌਜ ਦੇ ਨਾਲ ਇਹੋ ਜਿਹੇ ਮਖੌਲ ਹੋ ਰਹੇ ਹੈ। ਅਤੇ ਦੇਸ਼ ਦਾ ਜਿਹੜਾ ਫੌਜਾਂ ਦਾ ਮੁਖੀ ਹੈ, ਉਹ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖ ਰਿਹਾ, ਉਹ ਹੁਣ ਕਿਤਾਬ ਨੂੰ ਬਾਹਰ ਆਉਣ ਦਿੰਦੇ ਆ ਕਿ ਨਹੀਂ ਆਉਣ ਦਿੰਦੇ? ਉਹਨਾਂ ਨੇ ਆਪਣੇ ਟਵੀਟ 'ਤੇ ਲਿਖਤਾ ਸੀ ਵੀ ਕਿਤਾਬ ਆ ਗਈ, ਇਹਦੀ 500 ਰੁਪਏ ਦੇ ਨੇੜੇ ਤੇੜੇ ਉਹਨਾਂ ਨੇ ਪ੍ਰਾਈਸ ਰੱਖੀ ਹੋਈ ਸੀਗੀ, ਅਤੇ ਦੇਖਦੇ ਹਾਂ ਕੀ ਬਣਦਾ ਆਉਣ ਵਾਲੇ ਸਮੇਂ 'ਚ। ਲੱਗਦਾ ਬਿੱਲੀ ਥੱਲਿਓਂ ਬਾਹਰ ਆ ਗਈ ਇਸ ਅਗਨੀਵੀਰ ਸਕੀਮ ਦੀ ਵੀ। ਅਗਲੀ ਗੱਲ ਇਹ ਹੈ ਕਿ ਬੜੌਦਾ ਦੇ ਵਿੱਚ, ਗੁਜਰਾਤ ਦੇ ਬੜੌਦਾ ਦੇ ਵਿੱਚ ਰੇਲਵੇ ਦੇ 43.5 ਏਕੜ ਕੈਂਪਸ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਹੈ ਜਿਹਨੂੰ ਨੈਸ਼ਨਲ ਅਕੈਡਮੀ ਆਫ ਇੰਡੀਅਨ ਰੇਲਵੇ ਕਹਿੰਦੇ ਹੈ, NAIR। ਜਿਸ ਤਰ੍ਹਾਂ IAS ਨੂੰ ਟ੍ਰੇਨਿੰਗ ਦੇਣ ਲਈ ਮਸੂਰੀ ਦੇ ਵਿੱਚ ਹੈ, ਇਸ ਤਰ੍ਹਾਂ IPS ਨੂੰ ਟ੍ਰੇਨਿੰਗ ਦੇਣ ਲਈ ਹੈ, ਇਸ ਤਰ੍ਹਾਂ ਜਿਹੜੇ ਰੇਲਵੇ ਦੇ ਵਿੱਚ ਵੱਡੇ ਅਧਿਕਾਰੀ ਹੁੰਦੇ ਹੈ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ, ਉਹਨਾਂ ਨੂੰ ਇਨ ਸਰਵਿਸ ਟ੍ਰੇਨਿੰਗ ਦੇਣ ਲਈ, ਉਹਨਾਂ ਦੇ ਰਿਫਰੈਸ਼ਰ ਕੋਰਸ ਲਾਉਣ ਲਈ, ਉਹਨਾਂ ਦੀਆਂ ਹੋਰ ਤਰ੍ਹਾਂ ਦੀਆਂ ਬਾਕੀ ਟ੍ਰੇਨਿੰਗ ਵਾਸਤੇ ਇੱਕ ਬਹੁਤ ਵੱਡਾ ਉੱਥੇ ਕੈਂਪਸ ਹੈਗਾ 43.5 ਏਕੜ ਦੇ ਵਿੱਚ। ਉਸ ਕੈਂਪਸ ਨੂੰ ਹੁਣ ਇੱਕ ਨਵੀਂ ਬਣਾਈ ਮੋਦੀ ਜੀ ਦੀ ਆਪਣੀ ਖਿਆਲੀ ਯੂਨੀਵਰਸਿਟੀ ਜਿਹੜੀ ਅਜੇ ਬਣਨੀ ਬਣੀ ਹੈ, ਅਜੇ ਦਾਖਲੇ ਉਹਦੇ 'ਚ ਹੋਣੇ ਹੈ, ਉਸ ਦਾ ਨਾਂ ਹੈ ਗਤੀ ਸ਼ਕਤੀ ਵਿਸ਼ਵ ਵਿਦਿਆਲਿਆ, GSV। ਉਸ ਗਤੀ ਸ਼ਕਤੀ ਵਿਸ਼ਵ ਵਿਦਿਆਲਿਆ ਨੂੰ ਉਸ NAIR ਦੀ ਜਿਹੜੀ ਉਹਨਾਂ ਦੇ ਹੋਸਟਲ, ਕਲਾਸਰੂਮ, ਉਹਨਾਂ ਦੇ ਜਿਹੜੇ ਸਟਾਫ ਵਾਲੇ ਹੈ, ਉਹਨਾਂ ਦੇ ਦਫ਼ਤਰ, ਉਹਨਾਂ ਦੀਆਂ ਲੈਬੋਰਟਰੀਜ਼, ਉਹਨਾਂ ਦਾ ਦੇ ਗੈਸਟ ਹਾਊਸ, ਆਡੀਟੋਰੀਅਮ, ਸਕਿਉਰਿਟੀ, ਸਪੋਰਟਸ ਦਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ GSP ਨੂੰ ਦੇਣ ਦਾ ਹੁਕਮ ਕਰ ਦਿੱਤਾ। ਅਤੇ ਉਹ ਜਿਹੜੇ ਰੇਲਵੇ ਦੇ ਵੱਡੇ ਵੱਡੇ ਸਾਬਕਾ ਅਧਿਕਾਰੀ ਰਿਟਾਇਰ ਹੋਏ ਹੈ, ਉਹ ਇਸ 'ਤੇ ਰੌਲਾ ਪਾ ਰਹੇ ਹੈ ਵੀ ਇਹ ਤਾਂ ਸਾਰਾ ਕੁਛ ਤਬਾਹ ਕਰ ਦੇਣਾ ਹੈਗਾ ਮੋਦੀ ਨੇ। ਅੱਜ ਦੀ ਗੱਲ ਸਿਰਫ ਇੰਨਾ ਹੀ।